25 ਸਾਲ ਦੀ ਲਹਾਮੋ ਦੇ ਪਿੰਡ ਦਾ ਰਾਹ ਇੱਕ ਬੇਹੱਦ ਖਾਸ ਅਤੀਤ ਤੱਕ ਲੈ ਜਾਂਦਾ ਹੈ। ਬਿਆਮਾ ਸੇ ਹੂੰ ਜੋ ਕਿ ਆਰੀਅਨਸ ਕੇ ਲਈ ਜਾਣੇ ਜਾਤੇ ਹੈ ਔਰ ਹਮ ਆਪਣੇ ਆਪ ਕੋ ਪਿਓਰ ਆਰੀਅਨ ਮਾਨਤੇ ਹੈ। ਇਸ ਦਾਅਵੇ ਦੀ ਤਹਿ ਤੱਕ ਪਹੁੰਚਣਾ ਬਿਆਮਾ, ਦਾਹ, ਹਾਨੂੰ ਅਤੇ ਦਾਰਚਿਕ ਪਿੰਡਾਂ ਤੱਕ ਪਹੁੰਚਣ ਨਾਲੋਂ ਕਿਤੇ ਔਖਾ ਹੈ। ਇਹਨਾਂ ਪਿੰਡਾਂ ਦੇ ਲਗਭਗ 5000 ਬ੍ਰੋਕਪਾ ਸਦੀਆਂ ਤੋਂ ਇਹੀ ਮੰਨਦੇ ਹਨ। ਕਰਗਿਲ ਕਾਲਜ 'ਚ ਪੜ੍ਹਾ ਰਹੇ ਸਵਾਂਗ ਗੈਲਸਨ ਇਸ ਦੀ ਪੜਤਾਲ ਤੱਥਾਂ ਦੀ ਰੋਸ਼ਨੀ 'ਚ ਕਰ ਰਹੇ ਹਨ। ਹਿਸਟੋਰੀਅਨਸ ਕੋ ਹਮ ਦੇਖਾ ਜਾਏ ਇਸ ਫਰੈਂਕੀ ਜਿਸਨੇ ਇੱਕ ਕਿਤਾਬ ਵੀ ਲਿਖਾ ਹੈ ਹਿਸਟੋਰੀ ਆਫ ਵੈਸਟਰਨ ਟਿਬੈਟ, ਉਸਮੇ ਜੋ ਹਮਾਰਾ ਜੋ ਇਲਾਕਾ ਹੈ ਦਰਦ ਕਾ ਜੋ ਇਲਾਕਾ ਹੈ ਬੁੱਧਿਸਟ ਦਰ ਕਾ ਉਸਕੋ ਆਰੀਅਨ ਸਟੋਕ ਕੇ ਨਾਮ ਸੇ ਮੈਂਸ਼ਨ ਕੀਆ ਹੁਆ ਹੈ ਐਸ ਫਰੈਂਕੀ ਨੇ। ਸਿਮਿਲਰਲੀ ਔਰ ਵੀ ਬਹੁਤ ਸੇ ਜਿੰਨੇ ਵੀ ਰਾਈਟਰਸ ਹੈ ਉਹਨਾਂ ਹਮੇ ਜੋ ਹੈ ਅਲੈਗਜ਼ੈਂਡਰ ਦ ਗ੍ਰੇਟ ਕੇ ਡਿਸੈਂਡੈਂਟ ਹੈ ਬੋਲ ਕੇ ਲਿਖਾ ਹੁਆ। ਆਰੀਅਨਸ ਨੂੰ ਲੈ ਕੇ ਇਤਿਹਾਸਕਾਰਾਂ ਵਿਚਾਲੇ ਵੱਖੋ ਵੱਖਰੀ ਰਾਏ ਹੈ। ਤਾਜ਼ਾ DNA ਰਿਸਰਚ ਵਿੱਚ ਸੰਕੇਤ ਮਿਲੇ ਹਨ ਕਿ ਸ਼ਾਇਦ ਆਰੀਅਨਸ ਭਾਰਤੀ ਉਪ ਮਹਾਂਦੀਪ ਚੋਂ ਬਾਹਰੋਂ ਹੀ ਆਏ ਹੋਣਗੇ। ਉਹਨਾਂ ਦੇ ਰਹਿਣ ਸਹਿਣ 'ਤੇ ਵੀ ਵੈਦਿਕ ਸੱਭਿਅਤਾ ਦੀ ਛਾਪ ਨੂੰ ਜ਼ਿਆਦਾਤਰ ਜਾਣਕਾਰ ਮੰਨਦੇ ਹਨ। ਲੱਦਾਖ ਦੀ ਬਾਕੀ ਆਬਾਦੀ ਤੋਂ ਲੈਦਾ ਬ੍ਰੋਕਪਾ ਵੈਦਿਕ ਸੱਭਿਆਚਾਰ ਨਾਲ ਵੱਧ ਨੇੜਤਾ ਦਾ ਦਾਅਵਾ ਕਰਦੇ ਹਨ। ਹਮਾਰਾ ਵੈਦਿਕ ਕਲਚਰ ਸੇ ਕਾਫੀ ਜੁੜਾ ਹੁਆ ਹੈ। ਹਮਾਰਾ ਜੋ ਲੈਂਗੁਏਜ ਹੈ ਸੰਸਕ੍ਰਿਤ ਸੇ ਜੁੜਾ ਹੈ, ਜੈਸੇ ਕਿ ਸੂਰੀ ਹੈ, ਸੂਰਿਆ ਕੋ ਸੂਰੀ ਬੋਲਤੇ ਹੈ, ਸਨ ਕੋ ਜੋ ਹੈ ਆਪ ਹਾਰਸ ਕੋ ਬੋਲਤੇ ਹੈ ਔਰ ਹਮ ਜੋ ਹੈ ਡਾਇਟੀਸ ਕੋ ਮਾਨਤੇ ਹੈ ਦੇਵੀ ਦੇਵਤਾ। ਬ੍ਰੋਕਪਾ ਲੋਕਾਂ ਦੀ ਸ਼ਕਲ ਸੂਰਤ ਮੰਗੋਲ ਦਿਖਣ ਵਾਲੇ ਲੱਦਾਖੀਆਂ ਦੇ ਚਿਹਰਿਆਂ ਤੋਂ ਵੱਖ ਨਜ਼ਰ ਆਉਂਦੀ ਹੈ। ਜ਼ੁਬਾਨ ਅਤੇ ਕਈ ਰੀਤੀ ਰਿਵਾਜ਼ ਵੀ ਬ੍ਰੋਕਪਾ ਲੋਕਾਂ ਨੂੰ ਲੱਦਾਖੀ ਭਾਈਚਾਰੇ 'ਚ ਖਾਸ ਬਣਾਉਂਦੀਆਂ ਹਨ। ਬ੍ਰੋਕਪਾ ਬੌਧ ਹੋਣ ਦੇ ਬਾਵਜੂਦ ਸਥਾਨਕ ਦੇਵਤਾ ਦੀ ਪੂਜਾ ਵੀ ਕਰਦੇ ਹਨ, ਹਾਲਾਂਕਿ ਬਲੀ ਦੇਣ ਦਾ ਹੁਣ ਵਿਰੋਧ ਹੋਣ ਲੱਗਿਆ। ਬਜ਼ੁਰਗ ਲੋਕ ਹੈ ਉਹਨਾਂ ਉਨ੍ਹਾਂ ਰਿਐਕਸ਼ਨ ਥੋੜ੍ਹਾ ਗੁੱਸੇ ਵਾਲਾ ਥਾ ਕਿ ਤੁਮ ਇਸਕੋ ਇਸਕੇ ਅਗੇਂਸਟ ਜਾ ਰਹੇ ਹੋ। ਬ੍ਰੋਕਪਾ ਭਾਈਚਾਰੇ ਦੇ ਬਜ਼ੁਰਗ ਦੱਸਦੇ ਹਨ ਕਿ ਉਹਨਾਂ ਦੇ ਵੱਡੇ ਵਡੇਰੇ ਗਿਲਗਿਤ ਤੋਂ ਇੱਥੇ ਆਏ। ਇਹ ਮੁਮਕਿਨ ਹੈ ਕਿ ਆਰੀਆ ਗਿਲਗਿਤ ਦੇ ਨੇੜਿਓਂ ਹੋ ਕੇ ਹੀ ਉਪ ਮਹਾਂਦੀਪ ਆਏ ਹੋਣ, ਪਰ ਇਹ ਵੀ ਸੱਚ ਹੈ ਕਿ ਆਰੀਅਨਸ ਨੂੰ ਲੈ ਕੇ ਕਈ ਸਵਾਲ ਸੁਲਝਣੇ ਅਜੇ ਬਾਕੀ ਨੇ। ਵੀ ਆਰ ਆਰੀਅਨਸ ਔਰ ਆਰੀਆ ਜੋ ਹੈ ਆਪਕੋ ਪਤਾ ਹੈ ਕਿ ਜੋ ਆਰੀਅਨ ਲੋਕ ਹੈ ਕਾਫੀ ਜੋ ਹੈ ਨੋਬਲ ਇਨਕਰੇਜਿੰਗ ਪਰਸਨੈਲਿਟੀ ਜੋ ਹੈ ਆਪਣੇ ਆਪ ਕੋ ਮਾਨਤੇ ਹੈ। ਤੋ ਇਹ ਮੁਝੇ ਲੱਗਤਾ ਹੈ ਕਿ ਜੋ ਹੈ ਜਿੰਨੇ ਵੀ ਯੂਥ ਹੈ ਉਸ ਆਈਡੈਂਟਿਟੀ ਕੋ ਲੈ ਕੇ ਚੱਲ ਰਹੇ ਹੈ। ਲੇਕਿਨ ਮੈਂ ਇਹ ਕਹਿਣਾ ਚਾਹਤਾ ਹੂੰ ਕਿ ਜੋ ਹੈ ਅਭੀ ਵੀ ਹਮੇ ਜੋ ਹੈ ਇਸਮੇ ਐਕਸਪਲੋਰ ਕਰਨੇ ਕੀ ਜ਼ਰੂਰਤ ਹੈ। ਹਾਲਾਂਕਿ ਅੱਜ ਦੀ ਬ੍ਰੋਕਪਾ ਪੀੜ੍ਹੀ ਦੇ ਸਾਹਮਣੇ ਸਵਾਲ ਆਉਣ ਵਾਲੇ ਕੱਲ੍ਹ ਦਾ ਵੀ ਹੈ। ਭਾਰਤ ਦੇ ਦੂਜੇ ਕਈ ਹਿੱਸਿਆਂ ਦੇ ਮੁਕਾਬਲੇ ਇਸ ਸਮਾਜ 'ਚ ਕੁੜੀਆਂ ਦੀ ਪੜ੍ਹਾਈ ਅਤੇ ਕਰੀਅਰ ਨੂੰ ਹੱਲਾਸ਼ੇਰੀ ਦਿੱਤੀ ਜਾਂਦੀ ਹੈ। ਨੌਕਰੀਆਂ ਤਾਂ ਸੀਮਤ ਹਨ, ਪਰ ਵੱਧਦੇ ਟੂਰਿਜ਼ਮ ਨਾਲ ਕਮਾਈ ਦੇ ਜ਼ਰੀਏ ਵੀ ਵੱਧ ਰਹੇ ਹਨ। ਤੋ ਅਭੀ ਕੁਛ ਟੂਰਿਜ਼ਮ ਥੋੜ੍ਹਾ ਬੜ੍ਹ ਗਿਆ ਹੈ ਤੋ ਮੈਂ ਐਜ਼ ਅ ਗਾਈਡ ਕੰਮ ਕਰਤੀ ਹੂੰ। ਫਿਰ ਉਸੀ ਵਹੀ ਜੋ ਕਮਾਇਆ ਹੁਆ ਹੈ ਉਸਸੇ ਮੈਂ ਆਪਣਾ ਐਕਸਪੈਂਸਿਸ ਉਸੀ ਕਾ ਪਰ ਡੇ ਵੋ ਮੁਝੇ ਪੇ ਕਰਤੇ ਹੈ। ਅਸਲ ਆਰੀਆ ਕਹਾਉਣ 'ਚ ਮਾਣ ਮਹਿਸੂਸ ਕਰਨ ਵਾਲੇ ਅੱਜ ਦੇ ਬ੍ਰੋਕਪਾ ਸਾਮਰਾਜ ਲਈ ਨਹੀਂ ਸਗੋਂ ਰੁਜ਼ਗਾਰ ਲਈ ਲੜ ਰਹੇ ਹਨ, ਪਰ ਜੇ ਪਛਾਣ ਗੁਆ ਕੇ ਮਿਲੀ ਤਾਂ ਇਸ ਜੰਗ 'ਚ ਜਿੱਤ ਅਧੂਰੀ ਹੀ ਰਹੇਗੀ। ਦੀਪਕ ਸ਼ਰਮਾ, BBC, ਲੇਹ।